ਇਹ ਸੂਰੀ ਸਾਹਮੂ ਕਰੀ ਬੈਠਾ ਰਹਿ, ਮਾਰ ਲਿਓ ਗੀ ਆਪਣੇ ਪਾਪ ਗੰਡਾਸੀ, ਜਦ ਮੇਰਾ ਵਿਆਹ ਕਰਦੇ ਨਾ ਤੈਨੂੰ ਬੁਝੋੜ ਦੀਵੋਗੀ ਨਾਲ ਬੈਠਾ ਕੋਨੀ ਪਾਵਰ, ਬਿੱਤਰ ਬਲਕਾ ਕੀ ਡਾਲ ਗੁਦੜੇ ਮੈਂ ਖੇਲਦਾ ਪਾਵਰ। ਚੁੱਪ ਹੋ ਜਾ, ਛੋ ਨਾ ਠਾਵਾ ਮੇਰੇ। ਇਹ ਤੂੰ ਖੁਦ ਉੱਠਣ ਜੋਗਾ ਕੋਨੀ ਰਹਿ, ਛੋ ਕੜੇ ਤਾਂ ਉੱਠੇਗਾ। ਕਿਉਂ ਖੁਦ ਉੱਠਣ ਜੋਗਾ ਕਹਿ ਤੇ ਕੋਨੀ ਰਹਿ, ਇਸੇ ਕੇ 7-8 ਬਾਲ ਐਗਜ਼ਾਮ ਦੀਏ ਮਨੇ, ਨੂਕਾ ਨੂੰ ਪੜਿਆ ਸੂ ਘੋੜਾ ਵਰਗਾ, ਕੀ ਵਿਗੜ ਰਿਹਾ ਹੈ ਮੇਰਾ। ਕਿਵੇਂ ਨਹੀਂ ਵਿਗੜ ਰਿਹਾ, ਤੋ ਬਿੱਤਰ ਜਾਣੇ ਤਾਤੀ ਦਾਤੀ ਰੋਟੀ ਖਾਇਆ ਪਿੰਡੇ ਪਰ ਬੈਠ ਕੇ ਮੁੰਨਾ ਮੁੰਨਾ ਕਹਿਣ ਲੱਗ ਰਿਹਾ, ਈਸਾ ਸੇ ਤਾਂ ਤੂੰ ਚਲਿਆ ਜਾਣੇ ਬਿੱਤਰੇ, ਤੇਰਾ ਵੀ ਬੇਰਾ ਪੈਠ ਜਾ ਕਿਤਨਾ ਅਗਦੀ ਲੇ ਰਸੇ, ਇਸ ਬਿਨਾਂ ਹਟਗੀ ਜੀਬ ਨਾ ਮਾਰਨ ਤੇ ਕਿਵੇਂ ਕੋਨੀ ਹੋਵੇ। ਯਾ ਤਾਂ ਤੇਰੀ ਇਸ਼ੀ ਤਿਸ਼ੀ ਹੋ ਰਹੀ ਹੈ ਨਹੀਂ, 24 ਘੰਟੇ ਭਿੱਤਰ ਰਹੂੰ ਔਰ ਤੇਰੀ ਵੀ ਕਿਤੇ ਸੁਤਰੀ ਜਗ੍ਹਾ ਬਖਾਟ ਗਲੀ ਪਾਵਰ, ਨੂੰ ਥਾਣਾ ਪੜਦਾ ਕੋਨੀ ਆਂਡਰ। ਬਸ ਰਹਿਣ ਤੇ ਮਨ ਬੇਰਾ ਸੇ ਤੇਰਾ ਜੀ ਸਾਗਿਆਕਾਰੀ ਪੁੱਤਰ ਸੇ, ਇਹ ਠਾਣ ਮੈਂ ਤਾਂ ਪੜਿਆ ਸੂ, ਜਦ ਤੇਰਾ ਵਿਆਹ ਕਰ ਦੂਰ ਨੇ ਕੇ ਬੇਰਾ ਕੌਣ ਸਾਸਰਮ ਮੈਂ ਦੇ ਕੇ ਮਾਰੇ ਮਨੇ। ਬਾਬੂ ਤੈਨੂੰ ਮੇਰੇ ਪਰ ਵਿਸ਼ਵਾਸ ਕੋਨੀ ਕੇ, ਭੁੱਲ ਗਿਆ ਉਨ ਦਿਨਾਂ ਨੇ ਟਿੰਡੀ ਵਾਲਾ ਕੇ ਇਧਰ ਉਧਰ ਕੇ ਤੈਨੂੰ ਰੋਟੀ ਖੁਆਇਆ ਕਰਦਾ, ਜੇ ਇਸ਼ਾਨੀ ਗਰਮਾ ਹੁੰਦਾ ਨਾ ਤੋ ਅੱਜ ਪਿੱਲਾ ਹੀ ਡਾਲ ਕੋਨੀ ਪਲਿਆ ਪਾਵਰ, ਬਸੰਟੀ ਕੀ ਡਾਲ ਤੇਰੇ ਹੱਥ ਪਾ ਸੁੱਕੇ ਪਾਵਰ। ਸੇਵਾ ਕਰਨੀ ਹੈਗਾ ਤਾਂ ਉਹੀ ਬੇਰਾ ਪੱਟੇਗਾ ਤੇਰਾ, ਬਹੁ ਨਾ ਤੋ ਧੱਕੇ ਮਾਰ ਕੇ ਬਾਹਰ ਕੱਢ ਦਿਆ, ਇਹ ਤਾਂ ਨਾ ਦੇਖੂਗਾ ਕਿਤਨਾ ਸੁਰਮਾ ਬਣਾ ਬਣਾ ਕੇ ਖੁਆਊਗਾ ਮਨੇ। ਸੁਰਮਾ ਨੇ ਤਾਂ ਭੁੱਲ ਜਾ, ਤੂੰ ਸੁੱਕੇ ਟਿਕੜੇ ਟੇਮ ਪਾ ਖਾ ਲਈਏ, ਵਾਦਾ ਸਰੰਗ ਵਾਲੀ ਬਹੁ ਚੂਨ ਵਾਲਾ ਪੀਪਾ ਉੱਪਰ ਨੂੰ ਕਬਜ਼ਾ ਕਰੀ ਬੈਠੀ ਹੈ, ਜੁਕਰ ਸਾਫ ਮਣੀ ਪਾ ਬੈਠਿਆ ਕਰੇ। ਬੇਟਾ ਮੰਨੇ ਵੀ ਤੂੰ ਅਸਲੀ ਸਪੇਲਾ ਮਾਨ ਲੀਏ, ਜੈ ਮਾਂ ਆਪਣਾ ਲਈ ਪਾ ਗਿਆ ਨੇ, ਐਸੀ ਬੀਣ ਬਜਾਊਂਗਾ ਸਾਪ ਮਣੀ ਸੁਦਾ ਪਿਟਾਰਮ ਪਾਊਗਾ। ਬਾਬੂ ਤੇਰਾ ਕੁਛ ਬਸ ਕਾ ਕੋਨੀ, ਤੇਰੇ ਬਸ ਕਾ ਥਾ ਤੇਰਾ ਬੁਢਾਪਾ ਖਰਾਬ ਕਰਨਾ ਔਰ ਮੇਰੀ ਜਵਾਨੀ ਖਰਾਬ ਕਰਨੀ, ਵਾਦੀ ਕਰਤਨ ਹੈ ਇਹ ਬੈਠਾ ਰਹਿ ਤਿਸ਼ਾਇਆ ਉੱਠ ਕੀ ਡਾਲੇ। ਬੇਟਾ ਮੈਂ ਉਸ ਟੇਮ ਕਾ ਖਿਲਾੜੀ ਸੂ, ਜਬ ਲਗ ਤੋ ਤਨਾ ਪੈਦਾ ਹੋਣ ਕੀ ਵੀ ਕੋਨੀ ਸੋਚੀ ਥੀ, ਦਸ ਰੰਗਾਲੀ ਬਹੁ ਵਰਗੀ ਤੋ ਨਰੀ ਖਿਲਾ ਕੇ ਛੋਟ ਦੀ ਮਨੇ, ਕਿਲੋ ਬਦਾਮ ਖਾਇਆ ਤੇ ਦਿਮਾਗ ਕੋਨੀ ਬਣੇ, ਦਿਮਾਗ ਬਣੇ ਹੈ ਉਮਰ ਖਾਇਆ ਤੇ, ਐਸਾ ਖੇਲ ਖੇਲ ਦੂੰਗਾ ਜਿੱਦਿਆਂ ਨੀ ਵੀ ਡਰੇਗੀ ਵਾ ਔਰ ਅੱਧਿਆਂ ਨੀ ਵੀ ਡਰੇਗੀ। ਬਾਬੂ ਕਹਿਣਾ ਕਹਿਣਾ ਜਾਣਾ ਹੈ, ਦੋ ਹੱਥ ਕਰਕੇ ਵੀ ਦਿਖਾਊਗਾ। ਕਰਕੇ ਦਿਖਾਊਂਗਾ ਦਿਖਾਊਂਗਾ ਕਿਉਂ ਨਹੀਂ, ਘਰ ਕਾ ਮਾਲਕ ਹੋ ਗਿਆ ਬਾਹਰ ਬੈਠਿਆ, ਇਸ ਤਾਂ ਫਾਲਤੂ ਕੇ ਬੇਇੱਜ਼ਤੀ ਹੋ ਗਈ ਮੇਰੀ, ਆਉਣ ਦੇ ਤਾਂ ਸਰੰਗ ਨੇ ਆਪਣਾ ਗੱਲ ਕਰੀ ਹੈ ਨਾ, ਉਹ ਸਾਰੀ ਬਤਾਊਂਗਾ, ਕਹਿ ਤਾਂ ਉਸ ਲੁਗਾਟੀ ਨੇ ਸਮਝਾ ਲੇਗਾ, ਨੀ ਫਿਰ ਮਨ ਆਪਣਾ ਹੀ ਪਾਉਣਾ ਪੜੇਗਾ, ਫਿਰ ਮੈਂ ਸਮਝਾਊਂ ਕੋ ਨਹੀਂ ਸਿੱਧੀ ਕੇ ਛਡਾਊਂਗਾ ਸੁਸਰੀ ਨੇ। ਬਾਬੂ ਅੱਜ ਕੱਲ੍ਹ ਕੀ ਲੁਗਾਈ ਕੋ ਨਹੀਂ ਬੜਮਾਵਾ, ਕਿਉਂ ਟੇਮ ਤਾਂ ਪਹਿਲਾਂ ਤਰਨਾਮ ਕੇ ਚਣੀ ਹਮ ਗੋਸ਼ੇ ਪੁਛਵਾ ਹੈ। ਅਰੋ ਲਾ ਸੋੜਾ ਹੈ ਮੂੰਹ ਵਾਲਾ, ਮੈਂ ਤੇਰਾ ਖਾਤਰੇ ਕਰੂੰ ਸੂ, ਮੈਂ ਸੂ ਇਤਨੇ ਇਨ ਬਾਲਾ ਕਾ ਤੇਲ ਲਾਈ ਹੰਡਸ ਹੈ, ਮੇਰੇ ਮਰੇ ਪਾਸੇ ਸੂਸਰੇ ਕਾ ਸੁਨੇ ਡਾਂਗਰਾ ਹੀ ਡਾਲ ਬਾਂਗੜ ਲੱਗਦੇ ਹੰਡੇਂਗੇ, ਤਾਂ ਨਾ ਮੇਰੇ ਕਾ ਨਹੀਂ ਬੋਲਣਾ ਸੈ, ਕਦੇ ਟੇਮ ਪਾਉਸ ਲਾ ਲੋ ਠਾਲੀ ਕਾ ਨਹੀਂ ਜਾ ਰਹੇ। ਬਾਬੂ ਤੂੰ ਚਿੰਤਾ ਨਾ ਕਰੇ, ਮੈਂ ਤੇਰੇ ਕਾ ਨਹੀਂ ਸੂ, ਦਸ ਰੰਗ ਨਾ ਲੈਣ ਦੇ ਖਾਚ ਕੇ ਲਿਆਂਗੇ, ਜਬ ਜਾ ਕੇ ਨਾ ਬਹੁ ਨਾ ਅੱਡੇ ਹਾਥੀ ਲੇਗਾ। ਓਏ ਭਾਈ ਯਾਰ ਆਓ ਨਾ। हाँ भाई, मेरा व्हाट्सएप पर इंग्लिश में मैसेज आ रहा है, इसकी हिंदी बताओ ने। भाई तू नू करे गूगल प्ले स्टोर पर जाके यू डिक्शनरी ऐप ने सर्च करे, जिसने डाउनलोड करके इंस्टॉल कर ले, ई इसकी सेटिंग में जाके मैजिक ट्रांसलेट ने ऑन करे, ई व्हाट्सएप में जा मैजिक ट्रांसलेट का यूज करे, इसमें हिंदी की इंग्लिश बना और इंग्लिश की हिंदी बना। भाई यह तो जमा आसान है। भाई यो ऐप ऑक्सफोर्ड डिक्शनरी 7 नई नई लैंग्वेज में उपलब्ध है, और भाई यो जो थारा दो अब इंग्लिश में मैसेज आओ ना तो इस ऐप ने डाउनलोड कर लो, इसका डाउनलोड लिंक नीचे डिस्क्रिप्शन में दे रखा है। बाबू नु कुकर बार बैठे हो और भीतर बेड पे कौन बैठन देगा हमने, तना शर्म आनी चाहिए, ये दिन देखने खातिर ब्याह था के तू के बात होगी कि मैं बता तो दे उन 1600 मीटर रेस मानिया की डालसु साल लग रहा। ਬਾਈ ਬਾਬੂ ਭਿੱਤਰ ਗਾ ਥਾ ਤਨੇ ਬੋਲਣ ਪਰਾਲ ਕੀ ਟਰਾਲੀ ਭਰਵਾਣ ਖਾਤਰ, ਤੂੰ ਤਾਂ ਥਾ ਕੋਈ ਨੀ, ਤੇਰੇ ਲਈ ਬਹੁ ਨਾ ਬਾਬੂ ਕੀ ਜਮਾ ਮਾਟੀ ਕੁੱਟਦੀ, ਲੁੱਚਾ ਗੁੰਡਾ ਬੇਰਾ ਨੀ ਕੇ ਕਈ ਚੱਪਲ ਕੱਢ ਕੇ ਨੂੰ ਗੱਲ ਪੜ ਲਈ ਮਾਰਨ ਖਾਤਰ, ਜਨੂ ਉਸਕਾ ਛੋਟਾ ਭਾਈ ਲੱਗ ਸੈ। ਇੱਕ ਆਦੀ ਤੇਰੇ ਲਈ ਵੀ ਬਤਾ ਦੇ, ਮਾਮਲਾ ਮੈਂ ਥੋੜਾ ਸਾ ਭਾਰੀ ਪਣਾ ਆ ਜਾਏਗਾ। ਮੇਰੇ ਗੱਲ ਤਾਂ ਕਿਵੇਂ ਕੋ ਨਹੀਂ ਹੋਈ, ਤੇਰੇ ਗੱਲ ਕਿਵੇਂ ਕੋ ਨਹੀਂ ਹੋਈ, ਤੋ ਗੇਟ ਮੈਂ ਤਾਂ ਆਰਾਮ ਤਾਂ ਹੋ ਰੇ, ਬਰਾਤ ਬਤਾਣੀ ਹੈ ਕਿ ਡਲ ਭਾਜਿਆ ਕਿਉਂ ਆਇਆ ਥਾ। ਬਾਬੂ ਮੈਂ ਇਸ ਬਾਤ ਕਾ ਕੋ ਨਹੀਂ ਬੇਰਾ ਥਾ, ਇਬ ਤੋ ਮੇਰਾ ਪੈਟ ਗਿਆ, ਇਬ ਦੇਖ ਲੂੰਗਾ ਕਿ ਗੁੱਸਾ ਗੱਲਾ ਪਾਣੀ ਕੱਢੇਗਾ। ਕਿਆ ਤੋ ਮੜੀ ਸੀ ਤੇਰੀ ਬਹੂ ਸੈ, ਜਾ ਹੁੰਦੀ ਮੇਰੀ ਬਹੂ ਦੇ ਲਠ ਉਸਕਾ ਸਾਫ ਸਾ ਮਾਰ ਦਿਓ, ਅਰ ਬਾਬੂ ਕੇ ਪਾਰਾਮ ਗੇਰ ਕੇ ਨਾ ਉਸ ਪਰ ਨਾ ਕਰਡੂਆ ਕੇ ਨਾ ਮਾਫੀ ਮੰਗਵਾਉਂਗਾ। ਰੇ ਤੇਰਾ ਤੋ ਮੇਰਾ ਨਹੀਂ, ਯੋ ਕੰਮ ਕਰਦਾ ਆਕ ਨਹੀਂ ਕਰਦਾ, ਮੈਂ ਜ਼ਰੂਰ ਕਰੂੰਗਾ, ਚੱਲ ਬਾਬੂ ਭਿੱਤਰ ਉਸ ਗੁਫਾ ਸਾ ਮੂੰਹ ਵਾਲੀ ਨਾ ਮੈਂ ਦੇਖੂੰਗਾ। ਤੂੰ ਕਿਵੇਂ ਕੋ ਨਹੀਂ ਕਰਾ, ਇਹ ਕੰਮ ਵੀ ਮੇਰੇ ਜੀ ਸਮਰਧ ਕਰ ਸਕਾ ਹੈ, ਤੂੰ ਕਿਲਕੀ ਮਾਰ ਕੇ ਭਜਣੀ ਅੰਤ ਸੈ। ਤੂੰ ਠੀਕ ਕਹਿ ਬੇਟਾ ਨੋਰੰਗ, ਇਹ ਤਾਂ ਡਰਪੋਕ ਸੈ, ਬਹੁ ਤਾਂ ਡਰੈਸ ਹੈ ਬੇਟਾ, ਦੱਸ ਰਹੇ ਬਹੁ ਪਿਟਣੀ ਤੇਰੇ ਬਸ ਕੀ ਕੋਈ ਨੀ, ਤੂੰ ਤਾਂ ਉਸਕੇ ਪਾ ਦਾਬ ਕੇ ਨਾ ਸੋਜਾ ਪੜੋਸੀਆਂ ਕੀ ਡਾਲੇ। ਬਾਬੂ ਮੈਂ ਬਹੁ ਤਾਂ ਕੌਣ ਡਰਦਾ, ਮੈਂ ਨੋਰੰਗ ਦਾ ਕਿਆ ਕੰਮ ਹੈ ਗਾਟੂ ਕੋ ਨਹੀਂ, ਬੇਸ਼ੱਕ ਕਦੇ ਅਜਮਾ ਲਈਏ। ਕਦੇ ਕਿਉਂ, ਇਬੇ ਅਜਮਾ ਲਿਉ, ਜੋ ਨੋਰੰਗ ਕਰੇਗਾ ਉਹ ਤੂੰ ਕਰ ਦੇਗਾ। ਹਾਂ ਕਰ
दूंगा, बोल क्या करना सा। बेटा नोरंग है, जय कोई मेरी बेइज्जती करे और मेरा मारन बाज जाए तो उसका गला क्या करे तू? बाबू जय कोई तेरी बेइज्जती कर दे ना तो मैं उसका इतने थप्पड़ मारूं, इतने थप्पड़ मारूं छह भी नहीं लग, उसका मुंह की सोई कौन जार, उसकी आंख भी कौन खुला है। हाँ भाई दसरंग तू कर सके है यो काम है? कौनी बना है? बना क्या कौनी, मैंने नारी माँ का दूध कौन पी रखा। जा भी तो मार तेरी बहू का, उसने बाबू की बेइज्जती करी है, चप्पल लेके इसका नहीं मारन बाजी से। छोड़ रहे नोरंगे, बहू का नाम लेन दिए डर गया यो, कोनी पिटी जावा। क्या था कोनी पीट सकता बाबू, यो मेरे तक क्या है, मैं भी घाट कोनी और मैं अपना बाबू खातर जान दे सकू, यो आपकी बहू का दो कमड़ी नहीं मार सकता। अरे नोरंग तू खाम खामे क्यों चढ़ान लाग रहा है इसने, जी साई यो पीटनिया होता तो यो पड़ा लठे जान भाई उसकी कड़ में मारे गदे की डाला ऊंची ऊंची कर दी पावर वा। बाबू तेरे तो जचानी पड़ेगी, मैं नोरंग ते क्या चीज में काट को नी, ये जान दिया उसका तंग हाथ तोड़ूंगा, तेरा नी जद्दी तो आकर देख लिए आजा। बाहर निकल कुत्ती कमीनी, तेरे मैं बाबू की बेइज्जती करी है, आज तेरा सर का सेंटर सा खोलूंगा। के है क्यों माइक पढ़ नो रहे इसी बुंडी बुंडी गाल के त्रिमा के लोग नदी है। मेरा बाबू तो नहीं, मेरी नुगाई तो देऊं सु दन उससे मुआरी, तला मैं बाबू की बेइज्जती क्यों करी। मन्ने न्यू लग गए है इन्ने यो बकाया से, दिमाग तक काम ले, इनके फेंके उड़ जाड़ में इन्ने उड़ जा दे, ये मेरी इज्जत आ रहे थे। तेरी इज्जत इसी टांड पतंड रही थी क्या मतलब सतरा? मतलब तो इन दरबूज जो तेरे गाल खड़े है एक ली लुगाई तो रान का के था। कौन सा आया था देर तो रहे? दोनों आए थे बारी बारी सर। कि मैं काम होगा जाता आए होंगे और के काम सर आए थे मारा के घर को नहीं हो ले काम भी सुन ले इसका गड़ा का बोले मेरे तक घूंघट ना करे, मन की बात बतलाना है सूत्री गल्ला। अरे तेरी बोडिया के कवस है, तेरा कान कोनी सुनी कोनी तने। अरे मने नू बता दे या झूठ को के साची? झूठ 110% झूठ है, अपने बंगड़ में जुवाना तो सया। और सब सुनो मेरे तो न्यू बोला दस रंग तो बालक से, मेरी गेल बात चल तेरे कच्चे कटा दूंगा। अरे एक हाथ में जहर की पुड़िया ले रहा था, न्यू बोला दस रंग के दूध में मिला दिया पे मर जाएगा, और पुलिस आकर न्यू कह देंगे कि बालक का ब्याह कर दिया, दुख में खुदकुशी कर गया। इब आप पे न्यू बताओ आपके बारे में इसी सी बात सुनूंगी मैं, चुप रहूंगी के? अरे बदबू से मुआड़ा इब भी कह दे ये सारी बात झूठी सा है। और के जमा दौड़ी झूठ बोल रहा है तेरी बहू, तने मेरे पे विश्वास कोनी के? मने तेरे पे पूरा विश्वास है, ये सारी बात तने कहीं पाऊंगी, इसने तो फेर देखूंगा। तू नू बता तने इस बुढ़े आदमी की बेइज्जती क्यों करी, तू इसका गला चप्पल लेकर क्यों पड़ी? इसने बुढ़ा कुन कह दे यो तो न्यू कर मैं तिब्बे जवान होया सू, और रात पकड़े नु ला चल प्राल की ट्राली भरवा कर ले, आज नु तेरी बहू नहीं इसकी बहू सू। अच्छा बाबू ये गदाले दाई दिन रह रहे तेरे में? ना रे बेटा जम्मा झूठ बोले सया, या ने अपना बाबू बेटा का मन पड़वाना चाहो से मारी डंकनी का। बेटा तेरी माँ मेरे पाछे जय मने किसी का हाथ पकड़ा होने तो चाउमीन जोड़ डोट कीड़े पड़ के मरू मैं। मारे तो थारेगा सारी बात बताया पाछे, यो बुढ़ा खुसर न्यू बोला मेरे तक घूंघट ना करया कर, तेरा मुंह देख कर गांव वाली बैटरी की डाल चार्ज हो जाऊं सू, शाना जई भी मेरी गलती लागती होने तब बेशक मेरा मारो मैं चू भी को नहीं करूँ। अरे दस रंग या तो जमा मानस मरवाणी से, इतनी झूठ तो मैंने पूरी उम्र में कोनी बोली, अरे इसने 5 मिनट में बोल दी, यो तो भाई बिना पानी डूब मरण का काम हो गया, मारिश की पिंडिया पे लाठी बिजली पट है, जै तने मेरी बेइज्जती का बदला लेना से तो। बाबू झूठे थमी सो था मेरी गैरहाजिरी में तो रखे कहना आए थे, मैंने जवाब दो, एक हाथ पकड़न की कस है दूसरा लेकर बाचन की कस है, या थारा गल्ला चप्पल लेकर नहीं तो और के माला लेकर बाजेगी। बाबू मैं तेरी बेइज्जती का बदला लेना था पर मैंने मेरी बहू की बेइज्जती का बदला लेना पड़ेगा। नोरंग बाज अपना कुत्ता भी दे खाएगा।